नंबर 8 ਗੁਰਦਾਸਪੁਰ ਅੱਜ ਅਸੀਂ ਆਏ ਸੀ ਠਿੱਕੀਵਾਲ ਤੇ ਅਸੀਂ ਇੱਕ ਕਿਸਾਨ ਵੀਰ ਦਾ ਪਰਾਲਾ ਵੇਖਿਆ ਆ ਤੇ ਜਿਹੜੀ ਪਰਾਲੀ ਇਹਦੇ ਫਸਲ ਦੀ ਰਹਿੰਦ ਖੂੰਹਦ ਤੋਂ ਦੇ ਦੀ ਉਹਦੀ ਪਰਾਲੀ ਕੁੰਡੀ ਬਣਾ ਰਹੇ ਨੇ ਤੇ ਆਪਣੇ ਕਿਸਾਨ ਹੈਗੇ ਨੇ ਕੂਟਾ ਪਿੰਡ ਤੋਂ ਮੇਜਰ ਸਿੰਘ ਸਾਨੂੰ ਕੁਲਵੰਤ ਸਿੰਘ ਇਹ ਤੁਹਾਨੂੰ ਦੱਸਣਗੇ ਵੀ ਕਿੰਨੀ ਕੁ ਕੁੰਡੀ ਬਣਾ ਰਹੇ ਨੇ ਤੇ ਕਿੰਨਾ ਖਰਚਾ ਆਉਂਦਾ ਤੇ ਕੀ ਇਹਦਾ ਫਾਇਦਾ ਹੈ ਇਹਦਾ ਸਰ 5-6 ਸਾਲ ਤੋਂ ਬਣਾ ਰਹੇ ਹਾਂ ਇਹ ਇੱਕ ਵਾਰ ਪੇਰ ਕੇ ਕਟਰ ਦੁਬਾਰਾ ਫੋਲ ਕੇ ਬਣਾਉਣਾ ਪੈਂਦਾ ਇਹਨੂੰ ਅਤੇ ਡੰਗਰਾਂ ਵਾਸਤੇ ਬਹੁਤ ਚੰਗੀ ਹੈ ਅਤੇ ਕੋਈ ਖਰਾਬ ਖਰੂਬ ਨਹੀਂ ਹੁੰਦੀ ਬਾਕੀ ਇਹ ਕਿ ਚਲੋ ਸਾਂਭੀ ਜਾਂਦਾ ਵਾ ਮਾਲ ਮੱਤਾ ਅਤੇ ਅਗਲਾਂ ਦੀ ਅਗਲਾਉਣ ਦੀ ਲੋੜ ਨਹੀਂ ਪੈਂਦੀ ਹਾਂ ਵਧੀਆ ਫਰਕ ਵਿੱਚ ਆ ਜਾਂਦਾ ਵਾ ਅਤੇ ਕਿੰਨੇ ਪੈਸੇ ਲੈਂਦੇ ਇੱਕ ਕਿੱਲੇ ਦੇ ਤੁਸੀਂ ਅਸੀਂ ਲੈਂਦੇ 40 ਦਾ ਹਾਂਜੀ ਇੱਕ ਟਰਾਲੀ ਬਣਾਉਣ ਦਾ ਇੱਕ ਟਰਾਲੀ ਦੇ ਕਿੰਨੇ ਪੈਸੇ 1400 ਰੁਪਈਆ 1400 ਰੁਪਈਆ ਇੱਕ ਟਰਾਲੀ ਕਿੰਨੇ ਕਿੱਲਿਆਂ ਦੇ ਵਿੱਚ ਬਣ ਜਾਂਦੀ ਹੈ ਇਹ ਬਣ ਜਾਂਦੀ ਦੋਵਾਂ ਕਿੱਲਿਆਂ 'ਚ ਦੋਵਾਂ ਕਿੱਲਿਆਂ ਮਤਲਬ ਕਿ ਇੱਕ ਕਿੱਲੇ 'ਚੋਂ ਦੋ ਟਰਾਲੀਆਂ ਬਣ ਜਾਂਦੀਆਂ ਇੱਕ ਏਕੜ 'ਚ ਦੋ ਟਰਾਲੀਆਂ ਬਣ ਜਾਂਦੀਆਂ ਜੀ ਜ਼ਿਮੀਦਾਰ ਭਰਾ ਕਹਿ ਰਹੇ ਨਾ ਅਤੇ ਜੀ ਬਹੁਤ ਹੀ ਅੱਛਾ ਉਪਰਾਲਾ ਜੇ ਸਾਰੇ ਕਿਸਾਨ ਇਹਨਾਂ ਦੀ ਸੋਚ ਅਪਣਾ ਲਈਏ ਅਤੇ ਪੂਰੇ ਪੰਜਾਬ ਤੋਂ ਪੂਰੇ ਭਾਰਤ 'ਚੋਂ ਅਤੇ ਜੋ ਪਰਾਲੀ ਨੂੰ ਅੱਗ ਲਾਉਣਾ ਜਿਹੜਾ ਪ੍ਰਦੂਸ਼ਣ ਹੁੰਦਾ ਇਹਦੀ ਸਮੱਸਿਆ ਤੋਂ ਹੱਲ ਹੋ ਜਾਏਗਾ ਔਰ ਜ਼ਿਮੀਦਾਰਾਂ ਦੇ ਕਿਸਾਨਾਂ ਦੇ ਡੰਗਰਾਂ ਲਈ ਚਾਰੇ ਦਾ ਪ੍ਰਬੰਧ ਹੋ ਜਾਏਗਾ ਬਹੁਤ ਵਧੀਆ ਲੱਗਿਆ ਜੀ ਇਹਨਾਂ ਨੂੰ ਮਿਲ ਕੇ ਬਹੁਤ ਅੱਛਾ ਉਪਰਾਲਾ ਜੀ।